ਕਰਨਾਲ ਵਿੱਚ ਹੁਣ ਲੁੱਟ ਖੋਹ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਕਰਨਾਲ ਦੇ ਰਾਤ ਮਾਡਲ ਟਾਊਨ ਵਿੱਚ ਸਥਿਤ ਗੁਰਦੁਆਰੇ ਕੋਲ ਇੱਕ ਕਰਿਆਨਾ ਵਪਾਰੀ ਉਸਦੇ ਘਰ ਤੋਂ ਬਾਹਰ ਇੱਕ ਬਦਮਾਸ਼ਾਂ ਨੇ ਲੱਤ 'ਤੇ ਗੋਲੀ ਮਾਰ ਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ। ਬਦਮਾਸ਼ ਨਾਲ ਉਸਦਾ ਇੱਕ ਹੋਰ ਸਾਥੀ ਵੀ ਸੀ। ਜਦੋਂ ਇਹ ਬਦਮਾਸ਼ ਪੈਸੇ ਲੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ ਤਾਂ ਉਹਨਾਂ ਨੇ ਵਪਾਰੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਵਪਾਰੀ ਦੇ ਰੌਲਾ ਪਾਉਣ 'ਤੇ ਬਦਮਾਸ਼ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੀ ਇਸ ਵਾਰਦਾਤ ਦੀ ਖਬਰ ਦਿੱਤੀ ਗਈ ਹੈ, ਪਰ ਪੁਲਿਸ ਕਾਫੀ ਦੇਰ ਤੱਕ ਮੌਕੇ 'ਤੇ ਪਹੁੰਚੀ। ਮੋਡਲ ਟਾਊਨ ਕੇ ਅਵਤਾਰਜੀ ਹੈ, ਇਹਨੂੰ ਕਹੀ ਆਪਣਾ ਨੋਰਮਲ ਰੂਟੀਨ ਦਿਨਚਰਿਆ ਸੇ ਵਾਪਸ ਆ ਰਹੇ ਥੇ ਘਰ ਕੇ ਪਾਸ, ਔਰ ਇਨਕੇ ਪਿੱਛੇ ਕੁਛ ਦੋ ਬਾਈਕਰਸ ਥੇ ਜੋ ਫੋਲੋ ਕਰਤੇ ਹੋਏ ਹੈ, ਉਹਨਾਂ ਨੇ ਫਿਰ ਆਪਣਾ ਲੁੱਟ ਕੇ ਇਰਾਦੇ ਸੇ ਜੋ ਪ੍ਰਾਈਮਰ ਫਸਾਈ ਲੱਗ ਰਿਹਾ ਹੈ, ਲੁੱਟ ਕੇ ਇਰਾਦੇ ਸੇ ਇਸ ਘਟਨਾ ਕੋ ਅੰਜਾਮ ਦਿਆ ਹੈ। ਫਾਇਰਿੰਗ ਇੰਸੀਡੈਂਟ ਵੀ ਸਾਹਮਣੇ ਆਇਆ ਹੈ, ਔਰ ਕੁਛ ਸੀਸੀਟੀਵੀ ਫੁਟੇਜ ਹੈ ਜੋ ਹਮਨੇ ਉਨਕੇ ਘਰ ਸੇ ਵੀ ਪ੍ਰੋਟੋਲ ਕਰੀ ਹੈ। ਔਰ ਗੁਰੂ ਨਾਨਕ ਪੁਸਤਕ ਭੰਡਾਰ ਵਾਲੇ ਉਨਕੇ ਸਾਥ ਵੀ ਇਹ ਵਾਰਦਾਤ ਐਸੀ ਹੋ ਚੁੱਕੀ ਹੈ, ਬਟ ਇਹ ਵਾਰਦਾਤ ਬਹੁਤ ਹੀ ਅਹਿਮ ਹੈ, ਜਬਕਿ ਅਬ ਸੀਐਮ ਸਿਟੀ ਬਣ ਚੁੱਕਾ ਹੈ, ਔਰ ਸੀਐਮ ਸਿਟੀ ਬਣਨੇ ਕੇ ਪਾਸ ਐਸੀ ਵਾਰਦਾਤ ਹੋਣਾ ਇੱਕ ਬਹੁਤ ਹੀ ਗਲਤ ਕਾਰਯ ਹੈ। ਕਿ ਬਾਰ ਬਾਰ ਐਸੀ ਕਾਰੇ ਜੋ ਇੱਕ ਛੋਟਾ ਵਪਾਰੀ ਆਪਣਾ 50-60 ਹਜ਼ਾਰ ਰੁਪਇਆ ਦੁਕਾਨ ਸੇ ਲੇਕਰ ਆ ਰਿਹਾ ਹੈ, ਉਹ ਦੁਕਾਨ ਸੇ ਲੇਕਰ ਆ ਕੇ ਆਪਣੇ ਘਰ ਮੇ ਘੁਸਤਾ ਹੈ, ਉਸਕੋ ਗੋਲੀ ਮਾਰ ਦੀ ਜਾਤੀ ਹੈ 50-60 ਹਜ਼ਾਰ ਰੁਪਏ ਲੁੱਟਣੇ ਕੇ ਪੀਛੇ। For all updated news, please subscribe Ava News and ring the bell.